ਵਾਰੀਆ ਹਾਂ ਮੈਨੂੰ ਦੋ ਕੁ ਕਿੱਲੇ ਦੇ ਦੇ ਇਹ ਹੈ ਕੋਈ ਤੈਨੂੰ ਇੱਕ ਮਰਲਾ ਵੀ ਨਹੀਂ ਲੱਭਣਾ ਹਾਂ ਬੜੀ ਵੱਜਦੀ ਏ ਤੇਰੀ ਸੁਨੀਲਾ ਉਹ ਵੀ ਤੂੰ ਹੀ ਏ ਹਾਂ ਕੋਈ ਗੱਲ ਨਹੀਂ ਆ ਉਸਤਾਦ ਜੀ ਇਹ ਹੈ ਕੌਣ ਇਹ ਕਿੱਲੀ ਏ ਤੇ 100 ਸਾਲ ਦੀ ਹੋ ਗਈ ਅੱਛਾ ਆ ਮੁਸੇ ਸ਼ਾਦੀ ਨਹੀਂ ਕਰੇ ਕੁਛ ਨਹੀਂ ਤੁਸੀਂ ਉਹ ਮਿਸਾਲ ਨਹੀਂ ਸੁਣੀ ਕੌਣ ਸੀ ਕਿ 100 ਸਾਲ ਬਾਅਦ ਸੱਪ ਇਨਸਾਨ ਬਣ ਜਾਂਦਾ ਹਾਂ ਅੱਜ ਵੇਖਣ ਵੀ ਦੇ ਆ ਹਾਂ ਜੀ 100 ਸਾਲ ਤੇ 99 ਸਾਰੇ ਨਾਲ ਐਨਾਲ ਮੈਂ ਰਿਹਾ ਹਾਂ ਇਹਨਾਂ ਕਿਤੇ ਖੋਟੇ ਚ ਪਾਣੀ ਪਾਇਆ ਤੇ ਫਿਰ 100 ਸਾਲ ਬਾਅਦ ਨਿਕਲੇ ਆ ਇਹ ਗੱਲ ਆ ਮੁਸੇ ਸ਼ਾਦੀ ਕਰ ਲੈ ਆ ਮੁਸੇ ਸ਼ਾਦੀ ਕਰਕੇ ਸੁਰੱਖਿਅਤ ਰਹੇਗੀ ਅੱਛਾ ਮਜ਼ੇਦਾਰ ਰਹੇਗੀ ਉਹ ਕਿਸ ਤਰ੍ਹਾਂ ਨਾ ਇਹਨੇ ਤੈਨੂੰ ਕਦੀ ਵੀ ਸੁਰੱਖਿਅਤ ਨਹੀਂ ਰੱਖਣਾ ਵਜਾ ਬੇਵਕੂਫੇ ਇਹਨੂੰ ਤੇ 12 ਪੱਥਾ ਪੈ ਜਾਂਦੇ ਡਰ ਕੇ ਨੱਸ ਜਾਂਦੇ ਪਿਛਲੀ ਇੰਟਰੀ ਚ ਗੱਲ ਮੋਗੇ ਹੀ ਲੱਗਣੇ ਆ ਜੀ ਕਿਤੇ ਕੁਬੇ ਦੀ ਓਏ ਲੱਤ ਤੇ ਲੱਕੜ ਦੀ ਹੈ ਨਾ ਓਏ ਤੂੰ ਕਿਉਂ ਨੱਸ ਕੇ ਆਇਆ ਉਧਰ ਵੇ ਪਿੰਡੂ ਕਿੱਡਾ ਤਰੀਖੇ ਮੈਂ ਕੁਝ ਵੀ ਨਹੀਂ ਕਿਹਾ ਤੇ ਮੂਡ ਬਣਾ ਲਿਆ ਸੀ ਉਹ ਤੇਰੇ ਨਾਲ ਕਾਹਦਾ ਮੂਡ ਬਣਨਾ ਪਹਿਲੇ ਮਮਤਾ ਬਰਾਬਰ ਕਰ ਹਾਏ ਖੁਸ਼ਰਿਆਂ ਦੀ ਵੀ ਕੀ ਜ਼ਿੰਦਗੀ ਹੈ ਹਾਏ ਇਹਨਾਂ ਨੂੰ ਬੰਦਾ ਰਹਿਣਾ ਲੱਪੇ ਹਾਂ ਦੁਕਾਨ ਤੋਂ ਪੰਜਾਂ ਦਾ ਸਮਾਦ ਲਿਆ ਕੇ ਤੇ ਬੈ ਕੇ ਇੰਜ ਕਰਨ ਡਿਆ ਹੁੰਦੇ ਨੇ ਓਏ ਖੁਸ਼ਰਿਆ ਜੀ ਆ ਦੋਵੇਂ ਕੌਣ ਨੇ ਇਹ ਚੌਧਰੀਆਂ ਦੇ ਮੁੰਡੇ ਨੇ ਅੱਛਾ ਪਰਲੇ ਦੀ ਫਸਲ ਖਰਾਬ ਨਿਕਲ ਆਈ ਆ ਉਰਲੇ ਦੀ ਨਸਲ ਖਰਾਬ ਨਿਕਲ ਆਈ ਬਾਦ ਹੀ ਕਿਸੇ ਨਿਓਨਿਆਂ ਦੀ ਨਸਲ ਚ ਕਾਉਂਸਲਰ ਹੋਇਆ ਹੀ ਇਹ ਮਜ਼ਾਕ ਬਣਾਉਣ ਦੇ ਤੁਸੀਂ ਦਾ ਮੁਕਾਬਲਾ ਹੋਇਆ ਇਹ ਜੋ ਯੂਨਾਨ ਜਾਣ ਵਾਲੀ ਬੱਸ ਦਾ ਟਾਇਰ ਲੱਗ ਗਿਆ ਓਏ ਆ ਕਿੱਥੋਂ ਪਾਣੀ ਚੋਂ ਰੋੜ ਕੇ ਆ ਗਿਆ ਹੈ ਬੈਗ ਨਹੀਂ ਤੁਸੀਂ ਆ ਰਹੇ ਪਿੱਛੇ ਪਟਵਾਰੀ ਹਾਂ ਇਹਦੇ ਥੱਲੇ ਆ ਯਾਰ ਮਿਸਾਲ ਤੇ ਬਣੇ ਮੈਂ ਡੱਡੂ ਥੱਲੇ ਆਇਆ ਇਹੋ ਜਿਹੇ ਬੰਦੇ ਦੇ ਘਰ ਇਹੋ ਜਿਹੇ ਬੰਦੇ ਦੇ ਘਰ ਪਰੌਣਾ ਆ ਜੇ ਨਾ ਤੇ ਇੱਕ ਕੰਮ ਪਲੇਟ ਚ ਕੱਟ ਕੇ ਅੱਛਾ ਚਾਰ ਬੱਚੇ ਆਪਣੇ ਛੱਡ ਦਿੰਦਾ ਇੱਕ ਇੱਕ ਫਾੜੀ ਚੁੱਕ ਲਓ ਮੈਂ ਉੱਡੀਏ ਚਾਰ ਮਹਿਮਾਨ ਸੋਚਦੇ ਰਹਿੰਦੇ ਇੱਥੇ ਕਦੀ ਅੰਬ ਹੁੰਦਾ ਸੀ ਜਾਨ ਛੋੜੇ ਜੇ ਤੋ ਜੁਗਤਨ ਜਗਤਾਰ ਹੋਤੀ ਰਹਤੀ ਹੈ ਕਿ ਮੈਂ ਮੁਸੇ ਸ਼ਾਦੀ ਕਰ ਲੈ ਸ਼ਾਦੀ ਤੋ ਮੈਂ ਇਨਸੇ ਕਰੂੰਗੀ ਹਾਂ ਇਹਦੇ ਨਾਲ ਕਰ ਲੈ ਇਹ ਬੜਾ ਅਮੀਰ ਆਦਮੀ ਹੈ ਕਰ ਲੈ ਅੱਛਾ ਬੈਰੀਏ ਟਾਊਨ ਚ 8 ਕੋਠੀਆਂ ਸ਼ੁਕਰ ਅਲਹਮਦੁਲਿਲਾ ਹਾਂ ਜੀ ਖਰਮਾ ਰੁਪਈਆ ਦਾ ਬੈਂਕ ਬੈਲੈਂਸ ਆਪਣਾ ਭੈੜੀਏ 3 ਤੇ ਵੱਡੀਆਂ ਗੱਡੀਆਂ ਸੂ ਹਾਂ ਆਸੀਆ ਨਸਰੀਨ ਤੇ ਕਲਟਸ ਕੋਈ ਗੱਲ ਹੈ ਦੱਸੇ ਹੀ ਨਹੀਂ ਤੂੰ ਇਹਨਾਂ ਕੋਲ ਇੱਕੋ ਹੀ ਪੱਤਰ ਸੀ ਕੀ ਆ ਖੁਰਸ਼ੈਦ ਉਹ ਸੁਣਿਆ ਬੜਾ ਰੋਜ਼ ਹੀ ਵੱਜਦੀ ਉਹ ਨਹੀਂ ਉਹ ਖਰਸ਼ੈਦ ਨਹੀਂ ਸਹੀ ਮੈਂ ਮਰੀ ਖੜੀ ਹੈ ਤੇ ਥੱਲੋਂ ਨਿਕਲਦੀ ਹੈ ਤੂੰ ਮਰੀ ਲੈ ਗਿਆ ਨਾ ਜਿਉਂ ਦੀ ਲਿਜਾਣੀ ਸੀ ਭਾਈ ਜੀ ਅਸੀਂ ਕਸ਼ਤੀ ਦਾ ਫਲੱਸ਼ ਬਣਾ ਰਹੇ ਹਾਂ ਅੱਛਾ ਅੱਛਾ ਤੇ ਪਟਵਾਰੀ ਜੀ ਵਿੱਚੋਂ ਮੂੰਹ ਕੱਢ ਕੇ ਵੇਖੋ ਠੀਕ ਹੈ ਇਹ ਪਟਵਾਰੀ ਕਿੱਥੋਂ ਕਿੱਥੋਂ ਕੱਢ ਰਹੇ ਆ ਕਿਸੇ ਜਲ ਥਲ ਪਾਣ ਵਾਲੀ ਔਰਤ ਆ ਬੱਚੇ ਆ ਸਹੀ ਹੈ ਯਾਰ ਸਹੀ ਹੈ ਆਪ ਉਸੇ ਸ਼ਾਦੀ ਕਰ ਲੈਣ ਤੋਂ ਛੋੜੇ ਸ਼ਤਰਾਨੀ ਦਾ ਘੋੜਾ ਹੁੰਦਾ ਆਪਣਾ ਮੂੰਹ ਵੇਖਦਾ ਤੇ ਤੰਦੂਰ ਚ ਪੋਸਟਰ ਲਾਇਆ ਸਾਈਕਲ ਤੇ ਮੰਜੀ ਡਾਈ ਹੁੰਦੀ ਹੈ ਬਾਥਰੂਮ ਚ ਬੰਦੂਕ ਟੰਗੀ ਹੁੰਦੀ ਹੈ ਬਾਥਰੂਮ ਚ ਬੰਦੂਕ ਟੰਗੀ ਹੁੰਦੀ ਪਤਾ ਨਹੀਂ ਨੂੰ ਮਾਰ ਕਹਿੰਦਾ ਇਹ ਜਿਹੜੀ ਜਿਹੜੀ ਚੀਜ਼ ਵੀ ਕਸ਼ਤੀ ਚ ਲੱਗਦੀ ਹੈ ਲਾਓ ਪਿੰਡੂ ਆ ਪਟਵਾਰੀ ਨੂੰ ਇਸ ਪੈਪ ਚ ਭੇਜ ਕੇ ਵੇ ਡੱਕਾ ਕਿੱਥੇ ਪਠਾ ਜਾ ਆ ਡੱਕਾ ਗਰੀਬ ਵੇ ਨਾ ਬੜਾ ਪਿਆਰਾ ਵੇਖੋ ਕਿ ਡੋਲ ਬੋ ਉਹ ਤੈਨੂੰ ਕੀ ਹੋਣ ਡਿਆ ਏ ਇਹ ਹਵਾੜਾ ਹੈ ਸਾਲਾ ਨਹੀਂ ਜਿਹੜੇ ਚੱਕਰ ਚ ਤੂੰ ਹੈ ਨਾ ਮੇਰੇ ਸਾਥ ਲੈ ਗੱਲ ਅਸੀਂ ਸਾਰੇ ਨੇ ਜਾਣਾ ਤੇ ਧਿਆਨ ਦਾ ਰਹੀ ਓਏ ਤੁਸੀਂ ਸਾਡੀ ਕਸ਼ਤੀ ਦੀਆਂ ਚੀਜ਼ਾਂ ਖਰਾਬ ਕੀ ਕਰਨ ਦੇ ਯਾਰ ਕਿਉਂ ਅਸੀਂ ਇਹ ਦੇਖੋ ਜੇ ਪਟਵਾਰੀ ਚੁਗਤਾਈ ਤੇ ਅਡੰਡਾ ਲੱਗਦਾ ਨਹੀਂ 111 ਹੋ ਗਏ ਨੇ ਤਿੰਨ ਭਰਾ ਨੇ 111.0 ਇਹ ਤੇ ਸਹੀ ਪਟਵਾਰੀ 0.0 ਤਕਸੀਮੇ ਕੁੱਤਾ ਰੋਲੇ ਕੋਲ ਮਾਰ ਪਈ ਉਹਨੇ ਕੰਨਾ ਮਸ਼ੀਨ ਚ ਦਿੱਤਾ ਰੋਹ ਕੱਢਣ ਲਈ ਉੱਤੇ ਬਹਿ ਕੇ ਝੂਟੇ ਲੈਣ ਦੇ ਆ ਪਟਵਾਰੀ ਦੀ ਵਜ੍ਹਾ ਤੋਂ 11122 ਸਾਰੇ ਮਿਟਗੇ ਇਹਨਾਂ ਦੇ ਮੱਲੇ ਆਏ ਨੇ ਈਦ ਵਾਲੇ ਦਿਨ ਹਾਂਜੀ ਪੂਰਾ ਗੋਲਗੱਪਾ ਮੂੰਹ ਚ ਪਾਇਆ ਭੈੜਿਆ ਸਾਹ ਬੰਦ ਹੋ ਗਿਆ ਔਰ ਕਹਿਣ ਕੌਣ ਦੇ ਝਾਰਾ ਬਲਵਾਨ ਪਾਰਾ ਆ ਨਵਾਂ ਓਏ ਅੱਲਾ ਜਾਣੇ ਓਏ ਚੱਲ ਪਿਆ ਓਏ ਚੱਲ ਪਿਆ
अल्लाह जाने तेरी आवाज गहराई वाली है। चंगिया भलिया मैं ऐसन को फोटो खिंचाईया सेब भाई को वीडियो बनवाई सी उथे जाके वेखा वो भी अगले टैंकी वाले कट के लै कोई नी सेब भाई की बड़ी हुई जी वीडियो ना जाया नहीं होंगी ऐसन जड़िया फोटो खिंचता कापी कटाई है। बिलकुल मेरी गल सुनो मैं अपने ब्याह की मूवी उन्होंने को बनवानी है ऐसन को तस्वीर खिंचवानी है शीशा साफ कर लिया कर वे असं पटवारी होने सू पता कितों को लाना शीशा भाई वो कश्ती पखा लाना मैं वेख रहा बिचो मच्छर लंघ जाएगा तेरी अम्मी का बच्चा है तेन तेरी का लगता है उस्ताद जी ये कौन है कहते मेरे शादी कर ले हेलो पड़ो भाई जी अंब खाओ बड़ी मुश्किल पुट के लिया हाले तक बंदा रो रहा स्कूटर लंघिया ते पिछे दौड़े आ रोटी खा के बाहर निकलिया तो दिल करे मैं भार खिंचा मैनू कहना मेरे ते बोरी लद मैं पिछली गली च ला के आवां ढाबा कहना कमरे च सौ कहना नहीं मैनू बाहर खंभे नाल बन्न खुसरा नहीं खुसरा खुसरे ने घीसी की गुलाब की टहनी आ गई आ जाओ जानू चले आओ मैं